ਬਾਤ ਬਣੀ ਹੈ ਤੁਜਕ ਜੰਨਤ ਦਿਖਾਉਂ ਬਿਆ ਏਰੀਆ ਸ਼ੁਰੂ ਹੋ ਗਿਆ ਇੱਥੇ ਪੂਤਾਂ ਬਾਬੇ ਗਿੱਧਾ ਪਾਉਂਦੇ ਰਹੀਆਂ ਨੇਗੀਆਂ ਸਾਰਾ ਏਰੀਆ ਤੁਹਾਨੂੰ ਤੁਰ ਤੱਕ ਦਿਖਾਉਣਾ ਇਦਾਂ ਦੀ ਹੈ ਪੂਤਾਂ ਦਾ ਏਰੀਆ ਕੋਈ ਜ਼ਮੀਨ ਨਹੀਂ ਉੱਥੇ ਮੁੱਲ ਲੈਂਦਾ ਅਗਲੇ ਹਨੂਮਾਨ ਜੀ ਬੈਠਨੇ ਇਧਰ ਹਾਂ ਹਾਂ ਕੋਈ ਜ਼ਮੀਨ ਨਹੀਂ ਮੁੱਲ ਲੈਂਦਾ ਕੋਈ ਠੇਕੇ ਤੇ ਲੈਂਦਾ ਬਾਬੇ ਉਹ ਘੱਟੋ ਘੱਟ 200 ਕਿੱਲਾ ਖਾਲੀ ਪਿਆ ਸਾਰਾ ਸ਼ਹਿਰ ਉੱਜੜ ਕੇ ਉਹ 2000 ਕਿੱਲਾ ਬਾਈ 2000 ਕਿੱਲਾ ਤੇ ਸਾਰਾ ਸ਼ਹਿਰ ਉੱਜੜ ਕੇ ਬਾਬੇ ਜੈਪੁਰ ਚ ਆ ਗਿਆ ਉਹ ਹੁਣ ਇਧਰ ਕੋਈ ਨਹੀਂ ਇਦੋਂ ਬਾਅਦ ਬਸ ਖਤਰੇ ਵਾਲਾ ਏਰੀਆ ਸ਼ੁਰੂ ਹੈ ਦੇਖ ਲਓ ਇੱਕ ਸਾਡੀ ਉਹ ਗੱਡੀ ਹੈ ਕਾ ਗੱਡੀ ਹੈ ਬਾਈ ਮੈਂ ਗੱਡੀ ਗੱਡੀਆਂ ਤੁਹਾਡੇ ਮੋਬਾਈਲ ਲੌਕ ਕਰ ਲਓ ਬਾਈ ਟਾਕੀਆਂ ਸਾਰੀਆਂ ਸ਼ੀਸ਼ੇ ਦੇ ਓਏ ਇੱਕ ਇੱਕ ਮੋਬਾਈਲ ਕਹਿੰਦੇ ਸਾਡੇ 15 ਫੋਨ ਨੇ ਅਸੀਂ 11 ਆ ਸਾਡੇ ਬਾਈ ਮਣ ਕੇ ਮੋਬਾਈਲ ਮੋਬਾਈਲ ਸਾਡਾ ਸਾਰਾ ਕੁਝ ਲੈ ਜਾਓ ਬਾਈ ਮਣ ਕੇ ਠੀਕ ਹੈ ਆਪੋ ਬਾਈ ਮਣ ਸਾਡੇ ਘਰੇ ਬੜਾ ਦੇ ਜਾਂਗੇ ਹੁਣ ਹਾਂ 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 ਐਪਲ ਦੇ ਫੋਨ ਆ ਸਾਰੀ ਟੀਮ ਕੋਲੇ ਸਾਰੀ ਟੀਮ ਦੇ ਬਾਈ ਮਣ ਕੇ ਸਾਡਾ ਸਮਾਨ ਜ਼ਰੂਰ ਘਰੇ ਪਹੁੰਚਾ ਦਿਓ ਸਰ ਇੱਕ ਪਹੁੰਚਦਾ ਕਰ ਦਿਓ ਬਸ ਇਹ ਤੋਂ ਸ਼ੁਰੂ ਆ ਏਰੀਆ ਤੇ ਪੂਤ ਨੂੰ ਰੋਕਣ ਦੇ ਕੋਈ ਆਪਾਂ ਹੈਗਾ ਬਾਈ ਇੱਕ ਦਿਨ ਜੰਮ ਬਚ ਕੇ ਜਾਣਾ ਉਹ ਹੈਗਾ ਸਾਨੂੰ ਉੱਥੇ ਜਲ ਕੇ ਦੱਸਦਾ ਸਾਰੀ ਕਹਾਣੀ ਕੀ ਗੱਲ ਬਾਤ ਆ ਕਿਵੇਂ ਪੂਤਾਂ ਨੂੰ ਬੁਲਾਉਣਾ ਕੀ ਗੱਲ ਬਾਤ ਇਹਨਾਂ ਦਾ ਬਾਕੀ ਸਮਾਨ ਸਾਰਾ ਰੱਖ ਲਓ ਕਰਾ ਗੱਡੀ ਦੇ ਫੋਨ ਸਾਡੇ ਘਰੇ ਬੰਦਾ ਕਰ ਬਾਈ ਮਣ ਕੇ ਆਪਦਾ ਸਟੋਰੀ ਸਟੋਰੀ ਦੇਖਦੇ ਰਹੋ ਬਾਈ ਠੀਕ ਹੈ ਲਓ ਬਾਬੇ ਏਰੀਆ ਸ਼ੁਰੂ ਹੋ ਗਿਆ ਜੰਗਲ ਏਰੀਆ ਕੋਈ ਨਹੀਂ ਹੈਗਾ ਚਾਰੇ ਪਾਸੇ ਤੇ ਬਾਈ ਮਣ ਕੇ ਲੋਕੇਸ਼ਨ ਲੋਕੇਸ਼ਨ ਲਾ ਕੇ ਆ ਜੋ ਜੰਗਾ ਬਾਈ ਮਣ ਕੇ ਹਾਂ ਪਿੰਡ ਪਿੰਡ ਪੁੱਛਦੇ ਰਹੋ ਵੀ ਬੰਦੇ ਪਹੁੰਚ ਗਏ ਕਿਲਾ ਸ਼ੁਰੂ ਹੋ ਗਿਆ ਤੋਂ ਇਹ ਘੱਟੋ ਘੱਟ 1250 ਸਾਲ ਪੁਰਾਣਾ ਕਿਲਾ ਤੇ ਬਾਈ ਸਾਹਿਬ ਰਾਤ ਕੋ ਬਾਹਰ ਰਹਿਣਾ ਚਾਹਤੇ ਰਹਿ ਸਕਤੇ ਹੈ ਰਾਤ ਕੋ ਰਹਿਣੇ ਦੇਗੇ ਕਿ ਨਹੀਂ ਭਈਆ ਹੋਗੀ ਕਿਆ ਦੋਸਤ ਸਾਰਾ ਕਰਾ ਦੂ ਦੇਖਦੇ ਰਹੋ ਪੁੱਛੋ ਰਾਤ ਨੂੰ ਰਹਿਣ ਦੇਣਗੇ ਬਾਬਿਓ ਗੱਡੀ ਦੇ ਨੰਬਰ ਲਿਖ ਲੈ ਜੇ ਕੋਈ ਰਿਸਕ ਹੋਵੇ ਜਾ ਉੱਥੇ ਪਹਿਲਾਂ ਦੱਸਿਆ ਸੀ ਦੋ ਤਿੰਨ ਗੱਡੀਆਂ ਗਈਆਂ ਸੀ ਮੁੜ ਕੇ ਆਏ ਇੱਥੋਂ ਸ਼ੁਰੂ ਹੁੰਦਾ ਬਾਬਿਓ ਕਿਲਾ ਬਹੁਤ ਵੱਡਾ ਬਾਬਿਓ ਚਲੋ ਦਿਨੇ ਤਾਂ ਬਹੁਤ ਟੂਰਿਸਟ ਬੰਦੇ ਆਉਂਦੇ ਨੇ ਡਿਸਕਵਰੀ ਵਾਲੇ ਪਰ ਰਾਤ ਨੂੰ ਕਹਿੰਦੇ 11 ਵਜੇ ਭੂਤਾਂ ਉਤਰਦੀਆਂ ਨੇ ਰਾਤ ਨੂੰ 12:30 ਵਜੇ ਗਿੱਧਾ ਪੈਂਦਾ ਇਹ ਡਿਸਕਵਰੀ ਆ ਸ਼ਮਿਲ ਸਿਤਵਾਏ ਬਈ ਫੀਲ ਕਰੋ ਕਹਿੰਦੇ ਭੂਤਾਂ ਦੀਆਂ ਆਵਾਜ਼ਾਂ ਅਨੁਭਵ ਕਰੋ ਕਹਿੰਦੇ ਆ ਨਕਸ਼ਾ ਭਾਰਤ ਸਰਕਾਰ ਨੇ ਸਪੈਸ਼ਲ ਲਿਖ ਕੇ ਦੱਸਿਆ ਹੋਇਆ ਵੀ ਰਾਤ ਨੂੰ 6 ਵਜੇ ਤੋਂ ਬਾਅਦ ਤੁਸੀਂ ਭਾਈ ਅੰਦਰ ਰਹਿ ਨਹੀਂ ਸਕਦੇ ਬਾਬੇ ਆਹ ਸੀਗਾ ਘਰ ਇੱਥੋਂ ਜੁੜੇ ਹੋਏ ਨੇ ਸਾਰੇ ਸਾਰੇ ਘਰ ਸੀਗੇ ਇੱਥੇ ਭੂਤ ਫੜਕਣਾ ਤਿੰਨ ਦਿਨ ਤਾਂ ਜਗਾਈ ਜਾਂਦੇ ਨੇ ਤੁਸੀਂ ਪੜ੍ਹ ਲਿਓ ਬਾਈ ਇੰਨਾ ਕੁਛ ਤਾਂ ਮੈਂ ਕੀ ਦੱਸੂ ਹਾਂ ਮੈਂ ਇੰਗਲਿਸ਼ ਚ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਹਿੰਦੀ ਤੁਹਾਨੂੰ ਦੱਸੋ ਪ੍ਰਾਚੀਨ ਸਥਲ ਬਾਣ ਕਰਕੇ ਪ੍ਰਾਚੀਨ ਨਗਰ ਸਮੱਸਿਆ ਆਰੋਮਲ ਸਿਸਟਮ ਵਾ 16ਵੀਂ 16ਵੀਂ ਸਦੀ ਮੇਂ ਵਿਵਾਦ ਕੇ ਰਾਜਾ ਮੰਦਰੋਂ ਤੱਕ ਲੜਾਈ ਹੋਈ ਔਰ ਜਹਾਂ ਪਰ ਤੀਨ ਬੂਤੇ ਮਾਰੇ ਗਏ ਔਰ ਭੂਤ ਕਾ ਇੱਕ ਟੁੱਟਾ ਬਾਣ ਜੇ ਹੈ ਸਾਰੀ ਕਹਾਣੀ ਬਾਈ ਸਾਹਿਬ ਬਾਕੀ ਸਮਝ ਆ ਗਈ ਬਾਈ ਸਮਝ ਆ ਗਈ ਦਰਸ਼ਕੋ ਜੀ ਨਹੀਂ ਸਮਝ ਆ ਜਾਓ ਅੱਜ ਬਾਬੇ ਦਿਖਾਉਣ ਸਾਨੂੰ ਫੋਨ ਕਰਕੇ ਉਹਦੇ ਪੇਜ ਤੋਂ ਇਹ ਜਾਣਕਾਰੀ ਲੈ ਲਓ ਸਰਕਾਰ ਵੱਲੋਂ ਹੀ ਗੱਪ ਮਾਰ ਕੇ ਲਿਖ ਕੇ ਲਾਏ ਪੈਣੇ ਮੈਨੂੰ ਲੱਗ ਰਿਹਾ ਜਿੱਥੇ ਤੱਕ ਆਕਸੀਜਨ ਦੀ ਕਮੀ ਹੋ ਗਈ ਬਾਬੇ ਇੱਥੇ ਗਿੱਧਾ ਪੈਂਦਾ ਹੁੰਦਾ ਸੀ ਪੁੱਤਾਂ ਦਾ ਸਾਰਾ ਉਜੜਿਆ ਪਿਆ ਬਾਬੇ ਹੈਗਾ ਤਾਂ ਹੈਗਾ ਕੁਛ ਕਿੱਥੇ ਆ ਬਾਬੇ ਪੂਤਾਂ ਵਾਲੇ ਕਿਲੇ ਚ ਆ ਕੇ ਬਾਬੇ ਪੈ ਗਿਆ ਸਾਡਾ ਟੱਟੀ ਦਾ ਪ੍ਰੈਸ਼ਰ ਬੋਤਲ ਸਾਡੇ ਹੱਥ ਚ ਇੱਥੇ ਬਹਿਣਿਆ ਆ ਜਾ ਓਏ ਇੱਧਰ ਵਜਾ ਤੂੰ ਕਿਉਂ ਬਾਬੇ ਉਹ ਦੇਣੇ ਤਾਂ ਜਿੰਨੇ ਮਰਜ਼ੀ ਆਈ ਉਹਦੇ ਬਹੁਤ ਲੋਕ ਆਉਂਦੇ ਨੇ ਇੱਥੇ ਦੇਣੇ ਤਾਂ ਤੁਹਾਨੂੰ ਆਮ ਜਗ੍ਹਾ ਹੀ ਲੱਗੂਗੀ ਪਰ ਰਾਤ ਨੂੰ ਇੱਧਰ ਇੱਧਰ ਹੀ ਆ ਰਸਤਾ ਪਰ ਰਾਤ ਨੂੰ ਬਾਬੇ ਤੇ ਕੋਈ ਨਹੀਂ ਰਹਿ ਸਕਦਾ ਕਹਿੰਦੇ ਕਹਿੰਦੇ ਨੇ ਬਾਕੀ ਬਈ ਰਹਿ ਕੇ ਦੇਖਦੇ ਅੱਜ ਕਹਿੰਦੇ ਨੇ ਬੰਦੇ ਸਾਡੇ 4 ਬੰਦੇ ਤਾਂ ਮੁੱਕਰ ਗਏ ਕਹਿੰਦੇ ਇਸ ਤਰ੍ਹਾਂ ਰਹਿੰਦੇ ਨਹੀਂ ਬਾਈ ਡਰ ਲੱਗੀ ਜਾਂਦਾ ਯਾਰ ਉਹ ਡਰੋ ਨਾ ਮੈਂ ਤੁਹਾਡੇ ਨਾਲ ਹਾਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਬਾਬਾ ਸ਼ੂਟਿੰਗ ਵਾਸਤੇ ਆਹ ਕੀ ਘੰਟਾ ਇੱਥੇ ਕਰਾਂਗੇ ਆਪਾਂ ਸ਼ੂਟਿੰਗ ਅਗਲੀ ਵੀਡੀਓ ਦੀ ਸੀਜ਼ਨ ਦੀ ਬਹੁਤ ਕਮੀ ਘਟ ਹੈ ਹਾਂ ਕੋਕੋ ਨਾ ਹੋਵੇ ਪਰਫਿਊਮ ਪੂਰੇ ਵਧੀਆ ਲੱਗੇ ਹੋਣੇ ਸੈਂਟਰ ਨੂੰ
रात नूं भूता खेड़दे ने इत्थे। हां ओह दूजे लोड़े नूंगी सापी होई आ। चलो फार्म भरो मौत का जिम्मेवार आप हो ठीक है आज आज करो बस सूर छपन तो पहले पहले बाहर निकलो ठीक है तीन राणियां मरिया हुई ने राजे दी आज मुंडो पुज गए खेडी कित्थे खेडी चार दवारी चार दवारी है ये पिछले पास पहाड़ ने सारे बंदा किसी पास नहीं भज सकता चारे पास सीलड़ा बाबे देखो बड़ा टिकाने से बनाया मुना पटवाले पहनते बाबे बाबे अज दे चल बाबे सारे बंदे पूरे आ गए फिकर करने की लोड़ नहीं ते जिप्सी आके लिया जन कोई लेनी थी आप ही आ जाएंगे पिंड पुत्र रात नौ दिन चार बंदे मुकर गए चो नहीं असि रहना सी ग्यारह बंदे चार बंदे मुकर गए दसो केड़े केड़े मुकरे ने एक ता भाई मैं मुकरया मैं मुकरया आओ देख दोनों तो मुकर गए एक बाबा एक होर बंदा मुकर क्यों नहीं मुकर दसो केड़ा मुकर दस तू रहेगा लाली तू रहेगा चार बंदे मुकर कलर तू रहेगा ना
ਕੱਚ ਦੇਖ ਲੋ ਯਾਰ ਟੱਚੀਆਂ ਭਰੀ ਹੋਈ टाइम ना खराब करो यार चल चल भाई चलने बाबे चलने बाबे खड़ारी वधिया रहा मुंडे ट्रिप चलिए पिंड नूं ठीक है फड़ाना आजा काला हुण भैण दी बुद्धि कहने पनीर पौड़ा तू पालदा